ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਤੇ ਖਰਾਬ ਹੋਏ ਵਾਤਾਵਰਨ ਨੂੰ ਦੇਖਦੇ ਹੋਏ ਅੱਜ ਹਰੇਕ ਵਿਅਕਤੀ ਰੁੱਖ ਲਗਾਉਣ ਦੀਆਂ ਗੱਲਾਂ ਕਰਦਾ ਦੇਖਿਆ ਜਾ ਰਿਹਾ। ਪਰ ਅੱਜ ਮੋਗਾ ਵਿਖੇ ਖਾਲਸਾ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਨਾਮਦੇਵ ਭਵਨ ਕਮੇਟੀ ਵੱਲੋਂ ਠੰਡੀ ਛਾਂ ਦਾ ਲੰਗਰ ਲਾ ਕੇ ਇਨ੍ਹਾਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਇਸ ਮੌਕੇ 1500 ਦੇ ਕਰੀਬ ਸ਼ਾਨਦਾਰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਜਿੱਥੇ ਬੂਟੇ ਵੰਡਣ ਵਾਲੇ ਸਮਾਜ ਸੇਵੀ ਉਤਸ਼ਾਹ ਨਾਲ ਇਹ ਬੂਟੇ ਵੰਡ ਰਹੇ ਸਨ, ਉੱਥੇ ਹੀ ਬੂਟੇ ਲੈਣ ਲਈ ਆਈ ਸੰਗਤ ਵਿੱਚ ਵੀ ਭਾਰੀ ਉਤਸ਼ਾਹ ਦੇਖਿਆ ਗਿਆ। ਅੱਜ ਦਾ ਜਿਹੜਾ ਇਹ ਸਮਾਗਮ ਹੈ, ਠੰਡੀ ਛਾਂ ਦਾ ਲੰਗਰ ਜੋ ਲਾਇਆ ਗਿਆ ਖਾਲਸਾ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਵਾਸਤੇ ਇਹ ਅੱਜ ਦਾ ਲੰਗਰ ਲਾਇਆ ਗਿਆ। ਆਪਾਂ ਦੇਖ ਰਹੇ ਹਾਂ ਕਿ ਕਿੰਨੀ ਅੱਜ ਸੰਗਤਾਂ ਦਾ ਰਸ਼ ਹੈ। ਸੰਗਤਾਂ ਤਿਆਰ ਰਹਿੰਦੀਆਂ ਹਮੇਸ਼ਾ ਜੇ ਕੋਈ ਚੰਗਾ ਕੰਮ ਹੁੰਦਾ ਹੋਵੇ ਉਹਨੂੰ ਕਰਨ ਦੇ ਵਾਸਤੇ, ਬਸ਼ਰਤੇ ਕਿ ਉਹਨੂੰ ਕੋਈ ਉਤਸ਼ਾਹਿਤ ਕਰਦਾ ਹੋਵੇ। ਖਾਲਸਾ ਸੇਵਾ ਸੁਸਾਇਟੀ ਨੇ ਪਿਛਲੇ 2-3 ਸਾਲ ਤੋਂ ਇਹ ਉਪਰਾਲਾ ਕੀਤਾ ਹੋਇਆ ਔਰ ਬੜੀ ਵਧੀਆ ਗੱਲ ਹੈ ਕਿ ਕਾਇਨਾਤ ਨੂੰ ਬਚਾਉਣ ਦੇ ਵਾਸਤੇ, ਦਰਖਤਾਂ ਨੂੰ ਬਚਾਉਣ ਦੇ ਵਾਸਤੇ ਬਹੁਤ ਵੱਡੀ ਪੱਧਰ 'ਤੇ ਇਹ ਉਪਰਾਲਾ ਕੀਤਾ ਜਾ ਰਿਹਾ। ਮੈਂ ਸਮਝਦਾ ਕਿ ਜਿੰਨਾ ਸੰਗਤਾਂ ਦੇ ਵਿੱਚ ਇਹ ਉਤਸ਼ਾਹ ਹੈ, ਇਸ ਉਤਸ਼ਾਹ ਨੂੰ ਬਰਕਰਾਰ ਰੱਖਣ ਦੇ ਵਾਸਤੇ ਜਿੱਥੇ ਪੌਦਾ ਪ੍ਰੇਮੀ ਵਾਤਾਵਰਨ ਪ੍ਰੇਮੀ ਇਸ ਨੂੰ ਪਿਆਰ ਕਰਦੇ ਆ, ਸਮਝਦੇ ਹਾਂ ਕਿ ਸਰਕਾਰਾਂ ਨੂੰ ਵੀ ਇਸ ਵਾਸਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਦਰਖਤਾਂ ਨੂੰ ਬਚਾ ਸਕੀਏ ਜੋ ਸਾਨੂੰ ਜੀਵਨ ਦਿੰਦੇ ਆ, ਜੋ ਸਾਡੇ ਬੱਚਿਆਂ ਨੂੰ ਜੀਵਨ ਦਿੰਦੇ ਆ, ਉਹਦੇ ਵਾਸਤੇ ਦਰਖਤਾਂ ਨੂੰ ਬਚਾ। ਦੇਸ਼ ਵਾਸੀਆਂ ਨੂੰ ਸੰਦੇਸ਼ ਇਹੀ ਹੈ ਕਿ ਤੁਸੀਂ ਵੀ ਸਾਰੇ ਰਲ ਕੇ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਦਰਖਤਾਂ ਨੂੰ ਪਿਆਰ ਕਰਦੇ ਹੋ, ਪਰਮਾਤਮਾ ਦੀ ਬਣਾਈ ਕਾਇਨਾਤ ਨੂੰ ਪਿਆਰ ਕਰਦੇ ਹੋ ਅਤੇ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਉੱਥੇ ਆਪਾਂ ਬੂਟਿਆਂ ਨੂੰ ਵੀ ਪਾਲਣ ਦਾ ਜਿਹੜਾ ਉਹ ਜ਼ਿੰਮਾ ਆਪਣੇ ਸਿਰ ਲਈਏ। ਇਹੀ ਸੰਦੇਸ਼ ਅੱਜ ਦਾ ਜਿਹੜਾ ਉਹ ਸੁਸਾਇਟੀ ਵੱਲੋਂ ਹੈ, ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਦੇ ਵੱਲੋਂ ਹੈ। ਸੰਸਥਾ ਦੇ ਪ੍ਰਧਾਨ ਪਰਮਜੋਤ ਸਿੰਘ ਅਤੇ ਕੁਲਦੀਪ ਸਿੰਘ ਬਸੀਆ ਮੁਤਾਬਿਕ ਉਹ ਪਿਛਲੇ 3 ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਨੇ। ਉਹਨਾਂ ਕਿਹਾ ਕਿ ਜਿੱਥੇ ਸਮਾਜ ਸੇਵੀ ਸੰਸਥਾਵਾਂ ਮਨੁੱਖਤਾ ਦੇ ਭਲੇ ਲਈ ਇਹੋ ਜਿਹੇ ਉਪਰਾਲੇ ਕਰਦੀਆਂ ਹਨ, ਉੱਥੇ ਹੀ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪਿਛਲੇ ਸਮੇਂ ਫੋਰਲੈਨ ਕੱਢਣ ਸਮੇਂ ਜੋ ਲੱਖਾਂ ਦਰਖਤ ਕੱਟੇ ਗਏ ਹਨ, ਉਹਨਾਂ ਦੀ ਜਗ੍ਹਾ ਉਨੇ ਹੀ ਹੋਰ ਦਰਖਤ ਲਗਾਏ ਜਾਣ ਤਾਂ ਜੋ ਵਾਤਾਵਰਨ ਸ਼ੁੱਧ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਹੋ ਸਕੇ। ਖਾਲਸਾ ਸੇਵਾ ਸੁਸਾਇਟੀ ਜੋ ਪਿਛਲੇ ਲੰਮੇ ਸਮੇਂ ਤੋਂ ਅਲੱਗ ਅਲੱਗ ਸੇਵਾਵਾਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ, ਉਸੇ ਤਹਿਤ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾਂ ਜਨਮ ਦਿਵਸ ਨੂੰ ਸਮਰਪਿਤ ਅੱਜ ਤੀਸਰਾ ਜਿਹੜਾ ਠੰਡੀ ਛਾਂ ਦਾ ਲੰਗਰ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਵਿਖੇ ਲਾਇਆ ਗਿਆ ਹੈ, ਜਿਹਦੇ ਵਿੱਚ ਤਕਰੀਬਨ 1500 ਦੇ ਕਰੀਬ ਬੂਟੇ ਸੰਗਤ ਨੂੰ ਪ੍ਰਸ਼ਾਦ ਰੂਪੀ ਸੰਗਤ ਨੂੰ ਵਰਤਾਏ ਗਏ ਹੈ। ਇਸ ਬੂਟੇ ਵਰਤਾਉਣ ਦਾ ਪਰਪਜ਼ ਸਿਰਫ ਅਤੇ ਸਿਰਫ ਇੱਕੋ ਹੀ ਹੈ ਕਿ ਇਸ ਬੂਟਿਆਂ ਦੇ ਰਾਹੀਂ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਅਸੀਂ ਰੁੱਖਾਂ ਪ੍ਰਤੀ ਚੇਤਨਾ ਪੈਦਾ ਕਰਨੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਵਾਂਗੂ ਇਹਨਾਂ ਰੁੱਖਾਂ ਨੂੰ ਵੀ ਪਾਲ ਕੇ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਦੇ ਲਈ ਆਪਣਾ ਬਣਦਾ ਯੋਗਦਾਨ ਪਾਉਣ। ਦਿਨ ਬ ਦਿਨ ਵੱਧਦੀ ਜਾ ਰਹੀ ਗਰਮੀ ਔਰ ਘਟਦੀ ਜਾ ਰਹੀ ਬਾਰਿਸ਼ ਦਾ ਬੜਾ ਵੱਡਾ ਕਾਰਨ ਇਹਨਾਂ ਬੂਟਿਆਂ ਦੀ ਜਿਹੜੀ ਲਗਾਤਾਰ ਕਟਾਈ ਹੋਣਾ ਹੈ। ਸੋ ਅਸੀਂ ਕੋਸ਼ਿਸ਼ ਕੀਤੀ ਅੱਜ ਖਾਲਸਾ ਸੇਵਾ ਸੁਸਾਇਟੀ ਦੇ ਸਮੂਹ ਮੈਂਬਰ ਸਾਹਿਬਾਨਾਂ ਨੇ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਬੂਟਿਆਂ ਨੂੰ ਸੰਗਤ ਨੂੰ ਪ੍ਰਸ਼ਾਦ ਰੂਪੀ, ਕਿਉਂਕਿ ਪ੍ਰਸ਼ਾਦ ਦੀ ਬੜੀ ਮਹਾਨਤਾ ਰਹੀ ਹੈ ਸਿੱਖ ਕੌਮ ਦੇ ਵਿੱਚ, ਸੋ ਪ੍ਰਸ਼ਾਦ ਰੂਪੀ ਬੂਟੇ ਵੱਢ ਕੇ ਸੰਗਤ ਨੂੰ ਅੱਜ ਚੇਤਕ ਮਨਾ ਉਹਨਾਂ ਦੇ ਮਨਾਂ ਦੇ ਵਿੱਚ ਪੈਦਾ ਕੀਤੀ ਹੈ ਤਾਂ ਜੋ ਇਹਨਾਂ ਪ੍ਰਸ਼ਾਦ ਰੂਪੀ ਬੂਟਿਆਂ ਨੂੰ ਆਪਣੇ ਵਧੀਆ ਤਰੀਕੇ ਨਾਲ ਸੰਭਾਲ ਕਰ ਸਕਣ ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਫ਼ ਹਵਾ ਔਰ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ। ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਉਹ ਪੰਜਾਬ ਜਿਹੜਾ ਹਰਿਆ ਭਰਿਆ ਹਰੀ ਕ੍ਰਾਂਤੀ ਵਾਲਾ ਪੰਜਾਬ, ਅੰਮ੍ਰਿਤ ਵਰਗਾ ਪਾਣੀ ਜਿੱਥੇ ਹੁੰਦਾ ਸੀ ਅੱਜ ਦਿਨ ਬ ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਔਰ ਜਿਹੜਾ ਪਾਣੀ ਵੀ ਸਾਡਾ ਜ਼ਹਿਰ ਬਣਦਾ ਜਾ ਰਿਹਾ ਉਹਦੇ ਵਿੱਚ ਬੜੇ ਵੱਡੇ ਦੋਸ਼ੀ ਅਸੀਂ ਖੁਦ ਹਾਂ। ਤੋਂ ਸਾਨੂੰ ਥੋੜ੍ਹੇ ਥੋੜ੍ਹੇ ਉਪਰਾਲੇ ਕਰਦੇ ਕਰਨੇ ਪੈਣਗੇ। ਦੋ ਦੋ ਬੂਟੇ ਜਿਹੜੇ ਆ ਰੁੱਖ ਹੈ ਉਹ ਸਾਨੂੰ ਆਪਣੀ ਜੀਵਨ ਦੇ ਵਿੱਚ ਜ਼ਰੂਰ ਲਾਉਣੇ ਪੈਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਸੀਂ ਇੱਕ ਚੰਗਾ ਸਮਾਜ ਦੇ ਸਕੀਏ। ਕਿਤੇ ਇੱਦਾਂ ਨਾ ਹੋਵੇ ਕਿ ਉਹਨਾਂ ਨੂੰ ਅਸੀਂ ਪ੍ਰੋਪਰਟੀਆਂ ਔਰ ਪੈਸੇ ਤਾਂ ਦੇ ਕੇ ਜਾ ਸਕੀਏ ਪਰ ਉਹਨਾਂ ਲਈ ਇੱਕ ਸਾਫ਼ ਪਾਣੀ ਔਰ ਹਵਾ ਦਾ ਪ੍ਰਬੰਧ ਸਾਡੇ ਕੋਲ ਨਾ ਕੀਤਾ ਜਾਵੇ। ਮੋਗਾ ਤੋਂ ਜੋਗਿੰਦਰ ਸਿੰਘ, ਗਿਲਦੀ ਰਿਪੋਰਟ।